ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਉਸ ਥਾਂ ਦੇ ਉੱਤੇ ਜਿੱਥੇ ਕਿ ਪੰਜਾਬ ਦੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਜੀ ਹਾਂ ਤੁਸੀਂ ਬਿਲਕੁਲ ਠੀਕ ਸਮਝੋ ਅਸੀਂ ਇਸ ਵੇਲੇ ਮੌਜੂਦ ਹਾਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿੱਥੇ ਪੰਜਾਬ ਦੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੀ ਗੱਲ ਕੀਤੀ ਜਾਵੇ ਤਾਂ ਸੀਐਮ ਭਗਵੰਤ ਮਾਨ ਜੋ ਪੰਜਾਬ ਦੇ ਸਖ ਸੀਐਮ ਨੇ ਉਹ ਪਹਿਲਾਂ ਸੰਗਰੂਰ ਤੋਂ ਐਮਪੀ ਸਨ ਪਰ ਜਦੋਂ ਸੀਐਮ ਬਣੇ ਉਸ ਤੋਂ ਬਾਅਦ ਐਮਪੀ ਨੂੰ ਲੈ ਕੇ ਇੱਥੇ ਜਿਮਨੀ ਚੋਣਾਂ ਕਰਾਈਆਂ ਜਾ ਰਹੀਆਂ ਨੇ ਜਿਸ ਲਈ ਵੱਖ-ਵੱਖ ਉਮੀਦਵਾਰ ਜਿਹੜੇ ਨੇ ਵੱਖ-ਵੱਖ ਪਾਰਟੀਆਂ ਦੇ ਖੜੋਤੇ ਨੇ ਪਰ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਇਸ ਪੂਰੀਆਂ ਚੋਣਾਂ ਦੇ ਦੌਰਾਨ ਕਿਤੇ ਕਿਤੇ ਪੰਜਾਬ ਸਰਕਾਰ ਦਾ ਲਗਾਤਾਰ ਵਿਰੋਧ ਹੁੰਦਾ ਨਜ਼ਰ ਆ ਰਿਹਾ ਮੈਂ ਦਰਖਾਸਤ ਕਰਾਂਗਾ ਆਪਣੇ ਕੈਮਰਾਮੈਨ ਨੂੰ ਦਿਖਾਣ ਕੇ ਇਸ ਵਕਤ ਅਸੀਂ ਨਨਕਾਣਾ ਚੌਂਕ ਦੇ ਵਿੱਚ ਖੜੇ ਆ नानकियां चौक दे विच असीं खड़े हां संगरूर दा नानकियां चौक है जिथे तीन तीन डिपार्टमेंट दे ओ लोग मौजूद ने जो कि कितने कितने नौकरियां दी उड़ीक हल्ले भी कर रहे ने इन्हां दा इल्जाम है इन्हां दा दोष आ कि कल जदों रैली चल रही सी सीएम भगवंत मान दी संगरूर दे विच तां इन्हां दे कोलों दी लंघे पर इन्हां दी गल जिहड़ी है नहीं सुनी होर की कुछ इन्हां कहना चाहुंदे ने ते किहड़े किहड़े महकमिआं तों लोग ने इन्हां नाल गलबात कर लैंदे आ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਗੁਰਸੇਵਕ ਸਿੰਘ ਹੈ ਜੀ ਮੇਰਾ ਨਾਮ ਗੁਰਸੇਵਕ ਕਿਹੜੇ ਮਹਿਕਮੇ ਤੋਂ ਤੁਸੀਂ ਅਸੀਂ ਜੀ ਪੰਜਾਬ ਪੁਲਿਸ ਦੀ 2016 ਦੀ ਭਰਤੀ ਦੇ ਸਬੰਧ ਵਿੱਚ ਜੀ ਪ੍ਰੋਟੈਸਟ ਕਰ ਰਹੇ ਹਾਂ ਜੀ ਜੀ ਅਸੀਂ ਜੀ ਮਾਨ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਮਾਨ ਸਾਹਿਬ ਵੀ ਇੰਨਾ ਕਿੰਨਾ ਤੁਹਾਡਾ ਹੋਮਵਰਕ ਹੈ ਜਿਹੜਾ 24 ਘੰਟੇ ਦੇ ਵਿੱਚੋਂ ਜਿਹੜਾ ਸਾਡੇ ਵਾਸਤੇ 5 ਮਿੰਟ ਨਹੀਂ ਨਿਕਲ ਸਕਦੇ ਮਾਨ ਸਾਹਿਬ ਦੀ ਕੋਠੀ ਅੱਗੇ ਸਾਨੂੰ ਅੱਜ 10 ਮਈ ਹੋ ਗਈ ਜੀ ਬੈਠਿਆਂ ਨੂੰ ਉਹਨਾਂ ਨੇ ਰੁਜ਼ਗਾਰ ਵਾਸਤੇ ਸਰਕਾਰ ਬਣਾਈ ਸੀ ਪੰਜਾਬ ਦੇ ਲੋਕਾਂ ਨੇ ਵੀ ਉਹਨਾਂ ਦਾ ਹਮਾਇਤ ਕੀਤੀ ਸੀਗੀ ਪਰ ਅੱਜ ਰਾਤ ਨੂੰ ਵੀ ਜੇ ਕੋਈ ਮਾਨ ਸਾਹਿਬ ਅੰਦਰ ਆਉਂਦੇ ਸਾਡੀ ਇਹੋ ਜੀ ਘੇਰਾਬੰਦੀ ਹੁੰਦੀ ਹੈ ਵੀ ਸਾਡੇ ਇੱਕ ਇੱਕ ਜਣ ਦੇ ਚਾਰ-ਚਾਰ ਮੁਲਾਜ਼ਮ ਲੱਗਦੇ ਆ ਮਾਰਨਿੰਗ ਵੀ ਜੇ ਮਾਨ ਸਾਹਿਬ ਨਿਕਲਦੇ ਆ ਫਿਰ ਵੀ ਸਾਡੇ ਦੇ ਘੇਰਾਬੰਦੀ ਇੰਨੀ ਹੋ ਜਾਂਦੀ ਹੈ ਵੀ ਇਹ ਮੂਹਰੇ ਨਾ ਹੋ ਸਕਣ ਵੀ ਅਸੀਂ ਮਾਨ ਸਾਹਿਬ ਨੂੰ 20 ਤਰੀਕ ਤੋਂ ਪਹਿਲਾਂ ਵਾਲੇ ਵਾਅਦੇ ਯਾਦ ਕਰਾਉਣੇ ਚਾਹੁੰਦੇ ਆ ਜਿਹੜੇ ਮਾਨ ਸਾਹਿਬ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਮੈਂ ਤੁਹਾਨੂੰ ਟੀਪਨ ਚਗਾਉਂਗਾ ਤੁਹਾਡਾ ਹਰਾ ਪੈਨ ਤੁਹਾਡੇ ਕੰਮ ਹੋਊਗਾ ਹਰਾ ਪੈਨ ਮੇਰਾ ਚੱਲੂਗਾ ਪਰ ਅਸੀਂ ਮਾਨ ਸਾਹਿਬ ਨੂੰ ਕਹਿੰਦੇ ਵੀ ਅਸੀਂ ਤੁਹਾਡਾ ਕੋਈ ਵਿਰੋਧ ਨਹੀਂ ਕਰਨਾ ਚਾਹੁੰਦੇ ਦਿਲੋਂ ਰਿਸਪੈਕਟ ਕਰਦੇ ਹਾਂ ਤੁਹਾਨੂੰ ਚੁਣਿਆ ਤੁਹਾਨੂੰ ਤਖਤ ਤੇ ਪਾਇਆ ਪਰ ਸਾਡੀ ਮਜਬੂਰੀ ਹੈ ਵੀ ਤੁਸੀਂ ਅੱਜ ਜਿਮਨੀ ਚੋਣ ਦੇ ਵਿੱਚ 92 ਐਮਐਲਏ ਦਿੱਲੀ ਤੋਂ ਲਿਆ ਲਿਆ ਲੋਕ ਤੁਸੀਂ ਆਪ ਖੁਦ ਕਿਹਾ ਸੀ ਕੇਜਰੀਵਾਲ ਨੇ ਵੀ ਕਿਹਾ ਸੀ ਜੇ ਅਸੀਂ ਕੰਮ ਕੀਤਾ ਤਾਂ ਅਸੀਂ ਚੁੱਪ ਕਰਕੇ ਵੋਟਾਂ ਮੰਗਣ ਆਵਾਂਗੇ ਤੇ ਤੁਸੀਂ ਵੋਟਾਂ ਨਾ ਪਾਇਓ ਪਰ ਤੁਹਾਡੇ ਤੇ ਅੱਜ ਐਡੀ ਕਿੱਡੀ ਮੁਸੀਬਤ ਹੋ ਗਈ ਸਰੂਰ ਦੀ ਜਿਮਨੀ ਚੋਣ ਵਾਸਤੇ 92 ਐਮਐਲਏ ਦਿੱਲੀ ਦੇ ਵਿੱਚੋਂ ਹਰੇਕ ਕੈਂਡੀਡੇਟ ਤੁਹਾਡਾ ਇੰਨਾ ਜ਼ੋਰ ਲਾ ਰਿਹਾ ਜੇ ਤੁਸੀਂ ਕੰਮ ਕੀਤੇ ਲੋਕਾਂ ਨੂੰ ਚੰਗਾ ਲੱਗੂਗਾ ਤਾਂ ਤੁਸੀਂ ਫਿਰ ਬੈਠੋ ਦਫ਼ਤਰ ਬੈਠੋ ਤੁਹਾਨੂੰ ਘਰੇ ਬੈਠਿਆਂ ਨੂੰ ਜਿਦਾਉਣਗੇ ਪਰ ਜਿਹੜੇ ਆ ਤੁਹਾਡੇ ਵਾਰਸ ਹੈ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਤੁਸੀਂ ਇਲੈਕਸ਼ਨ ਲੜਿਆ ਕਿ ਅਸੀਂ ਦਸਤਾਰ ਸਜਾਈ ਹੈ ਦਸਤਾਰਾਂ ਤਾਂ ਹਰੀ ਸਿੰਘ ਨਾਲੂ ਵਰਗੇ ਦੇ ਸੀਗੇ ਜੀ ਅਫਗਾਨ ਡਰਦੇ ਸੀ ਇਹਨਾਂ ਦਸਤਾਰਾਂ ਤੋਂ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਰੋਸ਼ ਅਕਰਵਕ ਹੁੰਦਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਹੈ ਗੱਡੀ ਲੈ ਕੇ ਇਸ ਧਰਨੇ ਦੇ ਵਿੱਚੋਂ ਕੋਈ ਲੰਘ ਰਿਹਾ ਸੀ ਪਰ ਉਸ ਨੂੰ ਵੀ ਨਹੀਂ ਲੰਘਣ ਦਿੱਤਾ ਜਾ ਰਿਹਾ ਕੀ ਵਜ੍ਹਾ ਕੀ ਗੱਲ ਹੋਈ ਹੈ ਪੁੱਛਣ ਦੀ ਕੋਸ਼ਿਸ਼ ਕਰਦੇ ਕੀ ਕੀ ਹੋਇਆ ਜੀ ਕਿਉਂ ਰੋਕਿਆ ਕੀ ਹੋਇਆ ਜੀ ਹੁਣੇ ਸਰ ਹੁਣੀ ਉਹ ਜ਼ਬਰਦਸਤੀ ਕਰ ਰਹੇ ਸੀ ਕੋਈ ਪ੍ਰੋਬਲਮ ਹੁੰਦੀ ਅਸੀਂ ਜੀ ਦੀ ਵੀ ਪ੍ਰੋਬਲਮ ਅਸੀਂ ਹਰੇਕ ਦੀ ਸੁਣਦੇ ਆ ਅਸੀਂ ਗੱਡੀ ਅੱਗੇ ਲੰਘਾਉਣਾ ਕੋਈ ਐਂਬੂਲੈਂਸ ਆ ਕੋਈ ਪੇਸ਼ੈਂਟ ਆ ਬਟ ਐਵੇਂ ਉੱਪਰ ਚੜ ਰਿਹਾ ਸੀ ਕੋਈ ਉਹਦੀ ਕੋਈ ਪ੍ਰੋਬਲਮ ਨਹੀਂ ਸੀ ਵੈਸੇ ਬੱਚੇ ਸੀ ਫੈਮਿਲੀ ਨਾਲ ਸੀ ਰਸਤਾ ਉਧਰ ਹੈਗਾ ਆਵੇ ਤੁਹਾਡੇ ਸਾਹਮਣੇ ਹੁਣ ਵੀ ਕੋਈ ਮਰੀਜ਼ ਆ ਸੀ ਕੱਢਦੇ ਆ ਚਾਹੇ ਉਹ ਆਟੋ ਚ ਚਾਹੇ ਐਂਬੂਲੈਂਸ ਚ ਚਾਹੇ ਗੱਡੀ ਦੇ ਵਿੱਚ ਆ ਉਹ ਜ਼ਬਰਦਸਤੀ ਕਰ ਰਿਹਾ ਸੀ ਤੁਸੀਂ ਕਿਹੜੇ ਮਹਿਕਮੇ ਤੋਂ ਹੋ ਤੇ ਕੀ ਤੁਹਾਡੇ ਘਰ ਰੋਸ਼ ਦਾ ਕਾਰਨ ਹੈ ਜਿੱਥੇ ਅਸੀਂ ਨਰਸਿੰਗ ਸਟਾਫ ਆਂ ਜੀ ਕਰੋਨਾ ਜੋਧੇ ਜਿਹੜੇ ਕਿ ਰਜਿੰਦਰਾ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਡਿਊਟੀ ਕੀਤੀ ਸੀ ਜੀ ਅਸੀਂ ਸਾਡੀ ਇਹੀ ਮੰਗ ਹੈ ਕਿ ਸਾਨੂੰ ਨੌਕਰੀ ਤੇ ਬਹਾਲ ਕੀਤਾ ਜਾਵੇ ਭਰਿਆ ਮੀਂਹ ਸੀ ਜਦੋਂ ਤੁਸੀਂ ਧਰਨਾ ਲਗਾ ਲਿਆ ਭਰਿਆ ਮੀਂਹ ਸੀਗਾ ਉਸ ਤੋਂ ਬਾਅਦ ਹੁਣ ਤਾਂ ਚਲੋ ਖੈਰ ਮੀਂਹ ਰੁਕ ਗਿਆ ਪਰ ਮੀਂਹ ਦੇ ਵਿੱਚ ਵੀ ਤੁਸੀਂ ਧਰਨਾ ਆਪਣਾ ਜਾਰੀ ਰੱਖਿਆ ਕੀ ਭਗਵੰਤ ਮਾਨ ਹਨ ਨਾਲ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿਉਂਕਿ ਸੰਗਰੂਰ 'ਚ ਹੀ ਮੌਜੂਦ ਨੇ ਸੀਐਮ ਭਗਵੰਤ ਮਾਨ ਹਾਂਜੀ ਸੰਗਰੂਰ ਦੇ ਵਿੱਚ 3 ਦਿਨ ਹੋ ਚੁੱਕੇ ਨੇ ਉਹਨਾਂ ਨੂੰ ਆਇਆਂ ਨੂੰ 3 ਦਿਨਾਂ ਤੋਂ ਸਾਡੀ ਪੂਰੀ ਕੋਸ਼ਿਸ਼ ਚੱਲ ਗਈ ਈਵਨ ਕਿ ਅਸੀਂ 1.5 ਮਹੀਨੇ ਤੋਂ ਉਹਨਾਂ ਦੇ ਘਰ ਮੂਰੇ ਬੈਠੇ ਆਗੇ ਉਦੋਂ ਤੱਕ ਸਾਡੀ ਕੋਈ ਸਾਰ ਨਹੀਂ ਲਈ ਗਈ ਪਰ 3 ਦਿਨਾਂ ਤੋਂ ਸਾਨੂੰ ਉਮੀਦ ਸੀ ਵੀ ਉਹ ਆਏ ਨੇ ਕਿ ਤਾਂ ਸਾਨੂੰ ਜ਼ਰੂਰ ਮਿਲਣਗੇ ਪਰ ਹੁਣ ਤੱਕ ਵੀ ਉਹਨਾਂ ਦੀ ਕੋਈ ਅਤਾ ਪਤਾ ਨਹੀਂ ਹੈਗਾ ਕੋਲੋਂ ਦੀ ਆਉਂਦੇ ਨੇ ਤੇ ਲੰਘ ਕੇ ਮੂੰਹ ਬਰੋੜ ਕੇ ਨਿਕਲ ਜਾਂਦੇ ਨੇਗੇ ਸਾਡੇ ਨਾਲ ਕੋਈ ਸਾਰ ਨਹੀਂ ਉਹਨਾਂ ਦੀ ਤੇ ਇੱਕ ਆਪਣੇ ਡੀਐਸਪੀ ਸਾਹਿਬ ਨੇ ਹਰਵੰਸ ਰਾਜ ਜਿਨ੍ਹਾਂ ਨੇ ਕੱਲ ਜਿਨ੍ਹਾਂ ਦੇ ਪਿੰਡ 'ਚ ਬੈਠੇ ਹੋਏ ਸੀ ਉਦੋਂ ਸੀਐਮ ਭਗਵੰਤ ਮਾਨ ਤੁਹਾਨੂੰ ਮਿਲ ਕੇ ਗਏ ਸੀ ਜਦੋਂ ਚੋਣਾਂ ਤੋਂ ਪਹਿਲਾਂ ਦੀ ਗੱਲ ਸੀਗੀ 3 ਜਨਵਰੀ ਨੂੰ ਮੈਂ ਖੁਦ ਉਹਨਾਂ ਨੂੰ ਬੁਲਾਇਆ ਸੀਗਾ ਉੱਥੇ ਆਏ ਸੀ ਸਾਡੇ ਕੋਲ ਮੈਨੂੰ ਕਦੋਂ ਇਹ ਚੀਜ਼ ਕਹਿ ਕੇ ਗਏ ਸੀਗੇ ਕਹਿੰਦੇ ਭੈਣੇ ਜਿੱਦਣ ਸਾਡੇ ਕੋਲ ਸੱਤਾ 'ਚ ਆਉਣਿਆ ਸੀ ਸਾਡੇ ਕੋਲ ਹਰਾ ਪੈਨ ਆਉਂਦਾਗਾ ਤਾਂ ਸਭ ਤੋਂ ਪਹਿਲੀ ਕੈਬਨਿਟ ਦੇ ਵਿੱਚ ਤੁਹਾਡਾ ਕੰਮ ਕਰਾਂਗੇ ਅਸੀਂ ਤੇ ਅਸੀਂ ਵਿਸ਼ਵਾਸ ਕਰਕੇ ਉਹਨਾਂ ਦਾ ਹੁਣ ਤੱਕ ਵਿਸ਼ਵਾਸ ਕਰਕੇ ਅਸੀਂ ਉਹਨਾਂ ਦਾ
मतलब विश्वास किया उस टाइम उतो धरना चक्या कि हाँ जे नवी पार्टी आऊगी शायद साड़ी कोई हल होगा, पर मैं कहनी है कि अकाली कांग्रेसियों नालों भी भैड़ी जनता नाल कसूल कर रहे हैं सलूक, मतलब इन्ना दुखी करया होया इन्होंने लोगों को। 3 महीनों के 90 तो वध तक कतल हो चुके हैं गे पंजाब दे विच, मतलब पंजाब 3 महीनों के भी गर्क जा रहा है। जो रजिंदरा हॉस्पिटल काफी लंबे समय तो अपनी ड्यूटियां लेके धरने से मौजूद सी, जे मैं गल करा इतने होर भी लोग खड़े ने गलबात जरूर करते हैं। महकमे तो मैं जी PRTC पनबस रोड गलबात बहुत बार की है पर कोई सिटा नहीं निकलिया। जो ट्रांसपोर्ट मंत्री लालजीत सिंह भुल्लर आई पिछले समय जो इन्हों की सरकार नहीं सी सानू पट्टी मिले थे साढ़े धरने के आए तो साने गलबात की धरने चक लो जो साड़ी सरकार आऊगी असं 8 दिनों के मसलों का हल कढ़ा तो नौकरियों के बहाल करा तो उन्होंने भी साढ़े वास्ते लारे ही निकले जी। असं बहुत बार भुल्लर जी ने भी मिलने की कोशिश की आ पर साढ़े नाल चंगी तरह हुण गल ही नहीं करते, उन्होंने गल् ही होर दे पाते की कहते हैं की वजह दसते हैं। सानू मिलते जरूर आई सानू टाला मटोला करते ही असं मुख्यमंत्री साहब नाल गलबात करके मसले का हल करा, पर उन्होंने हजे तक 3 महीने हो गया कोई भी मसले का हल नहीं कढ़िया जी। 3 दिन हो गए है CM भगवंत मान इतने मौजूद है की लगता थोड़ी मुलाकात होने की तुम मुलाकात करने की कोशिश की? अक्सर जो धरने लगे होंगे तो CM भगवंत मान आप उतर के आ जाते हैरान है जी इन्ह गलों तो जो भगवंत मान आप जेड़े आम घर के उठ के पंजाब के लोगों चलो बगला लिया जो भी ला लिया ठीक है एंटी सरकार दे विच खुद कहिंदा जी मैं तुहाडे घर घर पहिलां आ के सत्थां च बहिंदा जी साडे नाल बहिंदा सी, अज जदों आउंदा जांदा साडी इहो जी घेराबंदी कीती जांदी क्यों साथों की कहिंदा डर हो गया उहनूं। 20 तरीक तों पहिलां वाले असीं वोटर आ कैप्टन साहब दा राज करदा हुंदा सी उह वी कहिंदा जी वी की नहीं काम हुंदा जे पावर होवे, अज उहदे कोले पावर आ सारा कुछ आ 92 MLA उहने कहिंदा किसे कोई मंग के लिआउणा क्यों नहीं काम करदा जिहड़े नां ते रुजगार दे नां ते वोटां मंगियां। अज तुसीं वेख लो किन्ना जोर लग्गा पिआ कजिवनी चोण वास्ते उहनां कोले ठीक है। असीं मान साहब नूं कोई जी नहीं करदा साडा विरोध करन पर मजबूर ना करन मान साहब। ये वीडियो किस चीज़ दी है जी? ये साडा सर CM साहब आए थे साडे कोल ते सानूं उन्हें देखा इगनोर करता जी साडे कोल दी लंघ गया, आ वीडियो तुसीं देख रहे हो साडे कोल दी लंघ रहा एक मिनट भी नहीं रुके सानूं उन्हें। CM मान दा काफला है पिछे CM मान दा CM भगवंत मान बैठे हैं। यह जी वीडियो तुम वेख रहे हो सारा पंजाब देख रहा जो आए उदो भी साड़ी घेराबंदी होंगी जो तड़के जाते उदो भी घेराबंदी हो जाती है। यहो जी घेराबंदी तो मुगलों वेले भी नहीं होंगी सी जी हूँ के घेराबंदी कर रहे हैं। असं तो मान साहब ने यह दसो भी मान साहब लोगों के सामने पक्ष रखो, अज तुम लोगों ने वोटा अच्छा MP इलेक्शन तुम कहते सिर पर लड़ रहे हो वो भी लोगों से जाके रखते हो, अज तुम आने भी MP भी सीट जित के लोगों ने सू मुख्यमंत्री भी बनाता साडा फिर कसूर क्या अभी रुजगार नहीं साडा जी नहीं करता नौकरी करनों अज घर चो उठाया वो MP बन गया तो परिवार को सारी लाइफ वास्ते सहूलत मिल जाएगा वो तो नौकरी लगा लगवाया थोनू CM की कुर्सी से बहाता। असं तो जी ये हैरान मानते भी इन्ना कि होमवर्क देता केजरीवाल ने ज भगवंत मान ने भी 92 MLA का जरा सिर ही नहीं चक्या जाता टेबल तो भी आपकी ऐसो आराम की जिंदगी वास्ते रात को भगवंत मान साहब कोठी होंगे संगरूर जिहड़े कोई लीडर ज कोई आउंदा एक सिर्फ लाइटां वज्जियां सानूं वेख के मुड़ जांदे आ इगनोर करके भी पता नहीं कौन पए आ। अज जो वारसा सी जो सोचते भगवंत मान जो सोचते लड़ रहा भगत सिंह की केसरी दस्तार बनी है ना ये दस्तारा तो नर हरी सिंह नलू वर्गिया ने बनिया से जिन्हों तो मुगल अफगाना दिन फौजा डर दिया जी, पर भगवंत मान थोनू अपील करते हैं असं तेरे वारस हैं तू गोरिया तू आना 8 अप्रैल में यूनीवर्सिटी के कहा भी यहोजा पंजाब वसारूंगा आ पंजाब वसारिया तू तू क्या जी गोरे नौकरियां लैन आवे आ तेरे गोरे जे आपते तेरे दफ्तर से तेरे बार के थां थां रुलते फिरते भी तेरे भरा बाल बच्चे आए असं भीख नहीं मांगते रुजगार मांगते साडा कसूर की आ तू क्या जी गोरे नौकरियां लैन आवे आ तेरे गोरे जे आपते तेरे दफ्तर से तेरे बार के थां थां रुलते फिरते भी तेरे भरा बाल बच्चे आए असं भीख नहीं मांगते रुजगार मांगते साडा कसूर की आ सानू आके लाइव करजे नहीं हुंदा ठीक है जी। लोग जो जो कि वख-वख महकमियां तों ने कुछ लोग जिहड़े ने ओह PRTC तों ने कुछ लोग पनबस तों ने कुछ लोग पंजाब पुलिस दी भर्तियां दे विच जिहड़े सिलेक्ट हो गए सन वो अपनी जॉइनिंग्स दी वेट कर रहे ने कुछ लोग नर्सिंग स्टाफ ने जिन्हां नूं CM भगवंत मान रजिंदरा हॉस्पिटल दे विच खुद जाके मिल के आए सीगे ते वादा कीता सीगा कि इलेक्शन तों पहलां जेकर गल कीती जावे तां इलेक्शन्स तो पहला जिहड़ा वादा किया गया सीगा कि जिस वेले उन्हां दी सरकार आऊगी जो इन्हां दा कहना कि जिस वेले सरकार आऊगी इन्हां दे जिहड़े मसले हल किए जाऊंगे। सो इत्थे एक तुसीं देख सकदे हो कि CM साहब हरा पेन
चलाओ नाम दे बोर्ड इत्थे लग चुके हुए ने। सो हरा पेन चलन की सिर्फ उड़ीक की जा रही है, इस हरे पेन की उड़ीक की जा रही। सो देखना होगा कदों ये हरा पेन इन्हां दी किस्मत लई चलता, जदों इन्हां दीआं नौकरियां जिहड़ियां उह बहाल होणगीआं, जदों इह सारे जिहड़े नौजवान ने जदों रोज़गार देण दी गल कीती जांदी सी ते वादे सी वड्डे कि रोज़गार जिहड़ा दित्ता जाऊगा, कोई भी धरना जिहड़ा पंजाब दे विच नहीं लगेगा, पर धरने लगातार जारी है। जिमनी चोणां आने वालियां ने जिसनूं लैके लगातार सीएम भगवंत मान संगरूर दौरे पर भी मौजूद ने। जो वीडियोज़ इन्होंने दिखाइया, इन्हों का कहना है कि सीएम भगवंत मान इन्हों को लंघ जाते हैं, तो इन्हों रोकने के लिए वड्डा पुलिस का जिहड़ा बंदोबस्त वो कर दिता जाता है। हुण देखना यह होगा कि जिहड़ियां जिमनी चोणां हो रही ने, इन्हां जिमनी चोणां दे विच की सीएम भगवंत मान जिहड़े इन्हां नूं वादे कीते सन उन्हां नूं पूरे करते हैं या नहीं, या फिर इन्हां दे धरने इदां ही जारी रहणगे। कैमरा पर्सन प्रवीण दे नाल साजन रूला, स्काई न्यूज़ पंजाब, संगरूर।